इस बार किस नूं वोट पा रहे हो? असीं अकाली दल नूं पा रहे हां जी। हां जी, तुसीं किस नूं वोट पा रहे हो? झाड़ू नूं। जिहड़ा संयुक्त समाज मोर्चा है उहदा बहुत तकड़ा मतलब माहौल वधिया है। इस बार किस नूं वोट पा रहे हो? असीं श्रोमणी अकाली दल नूं जी। इस बार किस नूं वोट पा रहे हो? बलदेव सिंह मान नूं जी। सत श्री अकाल जी, तुसीं देख रहे हो डी फाइव चैनल पंजाबी। मैं इकबाल सिंह फग्गूवाला अज तुहानूं हाल हल्के का दिखा रहे हां। असीं पहुंचे सनाम विखे शहीद ऊधम सिंह की धरती से, करदे हां वोटरां नाल गल। हाँ जी बई जी, की नाम है जी तुहाडा? मेरा नाम जसवंत सिंह निक्का जी। निक्का जी, इस बार किस नूं वोट पा रहे हो? असीं अकाली दल नूं पा रहे हां जी। अकाली दल नूं क्यों वोट पा रहे हो? अकाली दल नूं पा रहे जी, मेरे खेत नूं खाल जांदा जी। साडे पिंड 'च सारे जी खाल बणे ने जी। ਸਾਨੂੰ ਤਾਂ ਕਿੰਨੇ ਸਾਲ ਉਹਦੀ ਕੱਚਾ ਖਾਲ ਘੱਟਦੇ ਨੂੰ ਜੀ। ਬਾਦਲ ਸਾਹਿਬ ਦੀ ਬਹੁਤ ਵੱਡੀ ਦੇਣ ਆ ਜੀ, ਅਤੇ ਫਿਰ ਲਾਈਟ ਬਹੁਤ ਆਉਂਦੀ ਹੈ ਜੀ ਖੇਤ। ਤੁਹਾਡਾ ਹਲਕਾ ਕਿਹੜਾ? ਸੁਨਾਮ ਹਲਕਾ ਜੀ। ਕੌਣ ਉਮੀਦਵਾਰ ਨੇ? ਬਲਦੇਵ ਸਿੰਘ ਮਾਨ ਜੀ। ਬਲਦੇਵ ਸਿੰਘ ਮਾਨ ਨੂੰ ਕਿੰਨੀਆਂ ਕੁ ਵੋਟਾਂ ਨਾਲ ਜਿਤਾ ਰਹੇ? ਵਾਧੂ ਵੋਟਾਂ ਪੈਣਗੀਆਂ ਜੀ। ਇਹ ਸਨ ਵੋਟਰ ਸੁਨਾਮ ਤੋਂ। ਇੱਕ ਹੋਰ ਵੀ ਵੀਰ ਖੜੇ ਨੇ ਵੀਰ ਜੀ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਾਲਵਿੰਦਰ ਸਿੰਘ ਜੀ। ਮਾਲਵਿੰਦਰ ਸਿੰਘ ਜੀ, ਇਸ ਵਾਰ ਕਿਸ ਨੂੰ ਵੋਟ ਪਾ ਰਹੇ ਹੋ? ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜੀ। ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਪਾ ਰਹੇ ਹੋ? ਸ਼੍ਰੋਮਣੀ ਅਕਾਲੀ ਦਲ ਦੀ ਵੀਰ ਜੀ ਬਹੁਤ ਵੱਡੀ ਦੇਣ ਆ ਪੰਜਾਬ ਨੂੰ। ਜੇ ਦੇਖਿਆ ਜਾਵੇ ਗਰੀਬਾਂ ਲਈ ਆਟਾ ਦਾਲ ਸਕੀਮਾਂ ਵਗੈਰਾ, ਬਿਜਲੀਆਂ ਦੇ ਬਿੱਲ ਮਾਫ, ਬਹੁਤ ਵੱਡੀ ਬਾਦਲ ਸਾਹਿਬ ਦੀ ਦੇਣ ਆ ਜੀ। ਜੇ ਅੱਜ ਇੱਕ ਗਰੀਬ ਪਰਿਵਾਰ ਰੱਜ ਕੇ ਰੋਟੀ ਖਾ ਰਿਹਾ ਤਾਂ ਬਾਦਲ ਸਾਹਿਬ ਦੀ ਦੇਣ ਆ ਜੀ। ਕੀ ਲੱਗਦਾ ਤੁਹਾਨੂੰ, ਤੁਹਾਡੇ ਹਲਕੇ ਤੋਂ ਸਰਦਾਰ ਬਲਦੇਵ ਸਿੰਘ ਮਾਨ ਸੀਟ ਕੱਢ ਲੈਣਗੇ? ਸਾਡੇ ਹਲਕੇ ਤੋਂ ਵੀਰ ਜੀ 100% 101% ਸਰਦਾਰ ਬਲਦੇਵ ਸਿੰਘ ਜੀ ਮਾਨ ਜਿੱਤ ਕੇ ਜਾਣਗੇ। ਇੱਕ ਹੋਰ ਰਾਹਗਿਰ। ਹਾਂਜੀ ਬਾਈ ਜੀ, ਕੀ ਨਾਮ ਆ ਤੁਹਾਡਾ? ਕਾਲਾ ਸਿੰਘ ਨਮੋਲ ਜੀ। ਕਾਲਾ ਸਿੰਘ ਜੀ, ਤੁਹਾਡਾ ਕਿਹੜਾ ਹਲਕਾ? ਹਲਕਾ ਸੁਨਾਮ ਜੀ। ਇਸ ਵਾਰ ਕਿਸ ਨੂੰ ਵੋਟ ਪਾ ਰਹੇ ਹੋ? ਬਲਦੇਵ ਸਿੰਘ ਮਾਨ ਨੂੰ ਜੀ। ਬਲਦੇਵ ਸਿੰਘ ਮਾਨ ਨੂੰ ਕਿਉਂ ਵੋਟ ਪਾ ਰਹੇ ਹੋ? ਕਿਉਂਕਿ ਸ਼੍ਰੋਮਣੀ ਅਕਾਲੀ ਨੇ, ਅਕਾਲੀ ਦਲ ਨੇ ਬਹੁਤ ਸਮਾਨ ਦਿੱਤਾ ਜੀ। ਆਟਾ ਦਾਲ ਸਕੀਮ ਦਿੱਤੀ ਹੈ, ਸਾਗਰ ਸਕੀਮਾਂ ਦਿੱਤੇ ਨੇ ਗਰੀਬਾਂ ਨੂੰ, ਬਹੁਤ ਵਿਕਾਸ ਦੇ ਕੰਮ ਕੀਤੇ ਨੇ ਅਕਾਲੀ ਦਲ ਨੇ। ਜਿਹੜੇ ਕਾਂਗਰਸ ਨੇ ਇਹਦਾ ਉਹ ਤੀਗਾ ਧਰਮ ਸੋਤ, ਉਹ ਗਰੀਬਾਂ ਦੇ ਵਸੀਫੇ ਖਾ ਗਿਆ ਜਵਾਕਾਂ। ਧਰਮ ਸੋਤ ਨਾਭਾ ਹਲਕੇ ਤੋਂ ਚੋਣ ਲੜ ਰਿਹਾ, ਇਸ ਇੱਥੋਂ ਤਾਂ ਲੜ ਨਹੀਂ ਰਿਹਾ? ਲੜ ਤਾਂ ਨਹੀਂ ਰਿਹਾ, ਖਾ ਤਾਂ ਗਿਆ ਲੋਕਾਂ ਨੇ, ਕਾਂਗਰਸ ਖਾ ਤਾਂ ਗਈ ਵਸੀਫੇ ਗਰੀਬਾਂ ਦੇ ਜਵਾਕਾਂ ਦੇ। ਉਹ ਸਾਰੇ ਪੰਜਾਬ ਦੇ ਜਵਾਕਾਂ ਦੇ ਵਸੀਫੇ ਸੀਗੇ ਜਿਹੜੇ ਖਾ ਗਏ। ਅਤੇ ਕਾਂਗਰਸ ਦਾ ਵੱਡਾ ਦਾਅਵਾ ਕਰ ਰਹੀ ਆ ਵੀ ਅਸੀਂ ਵਿਕਾਸ ਕਰਿਆ, ਇਸ ਵਾਰ ਦੁਬਾਰੇ ਰਿਪੀਟ ਕਰਾਂਗੇ, ਕੀ ਲੱਗਦਾ ਤੁਹਾਨੂੰ? ਦਾਅਵੇ ਦਾ ਵੀ ਪੱਲੇ ਨੇ ਜੀ, ਬਾਕੀ ਤਾਂ ਬਲਦੇਵ ਸਿੰਘ ਮਾਨ ਨੂੰ ਅਸੀਂ ਪੂਰੇ ਹੁੰਬ ਪਾ ਕੇ ਵੋਟ ਪਵਾਵਾਂਗੇ ਜੀ। ਸਾਡੇ ਨਾਲ ਇੱਕ ਹੋਰ ਦੁਕਾਨਦਾਰ ਬਾਈ। ਬਾਈ ਜੀ, ਕੀ ਹਾਲ ਆ ਤੁਹਾਡਾ? ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਆ ਵੀਰੇ, ਬਹੁਤ ਵਧੀਆ। ਤੁਸੀਂ ਕਿਹੜਾ ਹਲਕਾ ਤੁਹਾਡਾ? ਸੁਨਾਮ ਹਲਕਾ ਜੀ। ਲੋਹਾ। ਕਿਸ ਨੂੰ ਵੋਟ ਪਾ ਰਹੇ ਹੋ? ਇਸ ਵਾਰ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਲਕਾ ਸੁਨਾਮ ਤੋਂ ਬਲਦੇਵ ਸਿੰਘ ਮਾਨ ਜੀ ਨੂੰ ਪਾ ਰਹੇ ਹਾਂ ਜੀ। ਬਲਦੇਵ ਸਿੰਘ ਮਾਨ ਨੂੰ ਕਿਉਂ ਵੋਟ ਪਾ ਰਹੇ? ਕਿਉਂਕਿ ਇਹਨਾਂ ਨੇ ਬਹੁਤ ਹੀ ਜ਼ਿਆਦਾ ਪਿਛਲੇ ਪਲਾਣ ਵੇਲੇ, ਆਪਣੇ ਵੇਲੇ ਬਹੁਤ ਵਧੀਆ ਕੰਮ ਕੀਤੇ ਅਤੇ ਐਜੂਕੇਸ਼ਨ ਨੂੰ ਉੱਪਰ ਲੈ ਕੇ ਗਏ, ਹੈਲਥ ਨੂੰ ਬਹੁਤ ਸੋਹਣਾ ਅੱਗੇ ਲੈ ਕੇ ਜਾ ਰਹੇ ਨੇ। ਇਸ ਵਾਰੀ ਵੀ ਇਹਨਾਂ ਦਾ ਇਹੀ ਕੀਤਾ ਹੀ ਆਪਣਾ, ਅਤੇ ਆਪਣਾ ਕਿ ਹੈਲਥ ਅਤੇ ਐਜੂਕੇਸ਼ਨ ਨੂੰ ਉੱਪਰ ਲੈ ਕੇ ਜਾਇਆ ਜਾਵੇ। ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਟਾਈਮ ਆਪਣਾ ਬਿਜਲੀ ਮਾਫੀ ਜੋ ਯੂਨਿਟਾਂ ਮਾਫ ਹੋਈਆਂ ਸੀ ਐਸੀ ਭਾਈਚਾਰੇ ਨੂੰ, ਬਹੁਤ ਵਧੀਆ ਉਹਨਾਂ ਦੇ ਪਲੈਨ ਸੀ ਜੀ। ਹਾਂਜੀ, ਡੀ ਫਾਈਵ ਦੀ ਟੀਮ ਪਹੁੰਚੀ ਹੋਈ ਸੁਨਾਮ ਵਿਖੇ। ਇੱਕ ਸਾਡੇ ਨਾਲ ਨੌਜਵਾਨ ਲੜਕੇ ਖੜੇ ਨੇ। ਹਾਂਜੀ ਕਾਕਾ ਜੀ, ਕੀ ਨਾਮ ਆ ਤੁਹਾਡਾ? ਗਗਨਦੀਪ ਸਿੰਘ ਜੀ। ਗਗਨਦੀਪ ਸਿੰਘ, ਇਸ ਵਾਰ ਕਿਸ ਨੂੰ ਵੋਟ ਪਾ ਰਹੇ ਹੋ? ਸਰ ਬਲਦੇਵ ਸਿੰਘ ਮਾਨ ਨੂੰ ਜੀ। ਬਲਦੇਵ ਸਿੰਘ ਮਾਨ ਨੂੰ ਕੀ ਕਾਰਨ ਕਰਕੇ ਵੋਟ ਪਾ ਰਹੇ ਜੀ? ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਕੰਮਾਂ ਕਰਕੇ ਵੋਟਾਂ ਪਾ ਰਹੇ ਹਾਂ ਜੀ। ਜੇ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਕੰਮ ਗਿਣਾਏ ਜਾਣ ਤਾਂ ਮੈਨੂੰ ਲੱਗਦਾ ਤੁਸੀਂ ਲਿਖਦੇ ਲਿਖਦੇ ਥੱਕ ਜਾਓਗੇ। ਕੀ ਲੱਗਦਾ, ਸਰਦਾਰ ਬਲਦੇਵ ਸਿੰਘ ਮਾਨ ਭਾਰੀ ਬਹੁਮਤ ਨਾਲ ਜਿੱਤ ਜਾਣਗੇ? ਜ਼ਰੂਰ ਜੀ ਜ਼ਰੂਰ, ਇਹ ਤੁਸੀਂ ਦੇਖੋਗੇ ਆਉਣ ਵਾਲੀ 20 ਫਰਵਰੀ ਨੂੰ ਕਿਸ ਤਰ੍ਹਾਂ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਬਲਦੇਵ ਸਿੰਘ ਮਾਨ ਨੂੰ ਸੁਨਾਮ ਤੋਂ ਅਸੀਂ ਜਿਤਾ ਕੇ ਤੋਰਦੇ ਹਾਂ। ਸਾਡੇ ਨਾਲ ਇੱਕ ਹੋਰ ਰਾਹਗਿਰ ਤੋਂ ਮਿਲ ਗਏ ਨੌਜਵਾਨ। ਹਾਂਜੀ, ਕਿਸ ਨੂੰ ਵੋਟ ਪਾਉਂਗੇ ਇਸ ਵਾਰ? ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜੀ। ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਪਾਉਂਗੇ ਵੋਟ? ਉਹਨਾਂ ਨੇ ਬਹੁਤ ਵਿਕਾਸ ਕੀਤਾ ਜੀ। ਤੁਹਾਨੂੰ ਲੱਗਦਾ ਵੀ ਸਰਦਾਰ ਬਲਦੇਵ ਸਿੰਘ ਮਾਨ ਸੀਟ ਕੱਢਣਗੇ? ਬਿਲਕੁਲ ਬਿਲਕੁਲ ਕੱਢਣਗੇ ਜੀ, 100% ਕੱਢਣਗੇ। ਇਹ ਸੀ ਹਲਕਾ ਸੁਨਾਮ ਦੇ ਲੋਕਾਂ ਦਾ, ਹੋਰ ਵੀ ਇੱਕ ਦੋ ਨਾਲ ਕਰਦੇ ਆ ਗੱਲ। ਕੀ ਕਹਿਣਾ ਲੋਕਾਂ? ਸਾਡੇ ਨਾਲ ਇੱਕ ਮਹਾਜਨ ਵੀ ਤੁਰੇ ਜਾ ਰਹੇ ਸੀ। ਹਾਂਜੀ, ਤੁਸੀਂ ਕਿਸ ਨੂੰ ਵੋਟ ਪਾ ਰਹੇ ਹੋ? ਝਾੜੂ ਨੂੰ। ਕੇਜਰੀਵਾਲ ਨੂੰ ਕਿਉਂ ਵੋਟ ਪਾ ਰਹੇ ਹੋ? ਹਾਂ, ਕੰਮ ਕਰਾਏ ਨੇ ਪਾ ਜੀ। ਵਾਹ, ਕੀ ਕੰਮ ਕਰਾਏ ਨੇ? ਇੱਕ ਮਿੰਟ, ਪੰਜਾਬ ਦਾ ਕਿਹੜਾ ਨਕਸ਼ਾ? ਪੰਜਾਬ ਦਾ ਨਕਸ਼ਾ ਬਦਲਤਾ? ਕੀ ਨਕਸ਼ਾ ਬਦਲਿਆ ਜੀ? ਕਿਉਂ, ਸਕੂਲ ਬਣਾ ਤੇ, ਆਪਣਾ ਬਿਲਡਿੰਗਾਂ ਬਣਾ ਦੀਆਂ। ਉਹ ਤਾਂ ਕਾਂਗਰਸ ਸਰਕਾਰ ਨੇ ਬਣਾਏ ਨੇ ਨਾ।
केजरीवाल तो उन्हें है ही नहीं, तो कुछ केजरीवाल के की पले से जो उन्हें स्कूल बना नहीं मैं नहीं मानता नहीं की बनाया उन्हें केजरीवाल ने बहुत बनाए ने बहुत कितने बनाए ने दिल्ली जा दिल्ली जा गल पंजाब दी करदा दिल्ली दी नहीं चलो जी पूरे पंजाब दे विच हां जी भाई जी हां जी पंजाब दे विच कुछ भी नहीं करया केजरीवाल ने जी इस बार तुसी किसे नूं वोट पा रहे हो असीं अकाली दल नूं वोट पावांगे जी अकाली दल नूं क्यों वोट पा रहे हो बहुत काम किए ने अकाली दल ने साडा जिस दिन दी कांग्रेस सरकार आई है साडा राशन कार्ड भी कटते थी जी कांग्रेस सरकार आई है हुण साडे राशन कार्ड कटे हुए ने जिहड़ी राशन कार्ड दी स्कीम थी इह बादल साहब दी स्कीम साडी की लगदा सरदार बलदेव सिंह मान इतो भारी बहुमत नाल जितणगे पूरी जी पूरी शोर ही पूरे जित के जाणगे जी साडे नाल इक होर वीर जी मिले ने हां जी वीर जी की नाम है तुहाडा निरंजन सिंह चनगरा जी अच्छा चनगरा साहब की लगदा सनाम दा माहौल किधर जा रहा बूटा पै रहे सनाम दा जिहड़ा आम माहौल है ये जिहड़ा संयुक्त समाज मोर्चा है ओहदा बहुत तकड़ा मतलब माहौल वधिया है क्योंकि ਤੁਸੀਂ ਕਿਸੇ ਪਾਰਟੀ ਨਾਲ ਜੁੜੇ ਹੋਏ ਹੋ ਨਹੀਂ ਜੀ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਹੋਇਆ ਮੈਂ ਇੱਕ ਸਿੰਪਲ ਕਿਸਾਨ ਆ ਕਿਸਾਨ ਦਾ ਮੁੰਡਾ ਤੇ ਆਪ ਖੇਤੀ ਕਰ ਰਿਹਾ ਮੈਂ ਇਹ ਸਨ ਲੋਕਾਂ ਦਾ ਕਹਿਣਾ ਵੱਖ ਵੱਖ ਵਿਊ ਲੋਕਾਂ ਦੇ ਹੈਗੇ ਨੇ ਕਿਸੇ ਦਾ ਮਨ ਕਿਤੇ ਆ ਕਿਸੇ ਦਾ ਕਿਤੇ ਆ ਜ਼ਿਆਦਾਤਰ ਵੋਟਰਾਂ ਦਾ ਕਹਿਣਾ ਵੀ ਸਰਦਾਰ ਬਲਦੇਵ ਸਿੰਘ ਮਾਨ ਇਹ ਇਸ ਵਾਰ ਸਨਾਮ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ ਕੈਮਰਾਮੈਨ ਰਿਸ਼ਪਿੰਦਰ ਨਾਲ ਇਕਬਾਲ ਸਿੰਘ ਫੱਗੂਆ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮਾਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ